ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਬੱਚਿਆਂ ਦੇ ਫੇਵਰੇਟ ਫਰੈਂਚ ਫਰਾਈਜ਼ ਬਣਾ ਕੇ ਤਿਆਰ ਕਰਾਂਗੇ ਅਤੇ ਘਰ ਵਿੱਚ ਇਹਨਾਂ ਨੂੰ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੈ ਤੁਸੀਂ ਆਵਾਜ਼ ਸੁਣ ਕੇ ਅੰਦਾਜ਼ਾ ਲਗਾਇਆ ਹੋਏਗਾ ਕਿੰਨੇ ਜ਼ਿਆਦਾ ਕ੍ਰਿਸਪੀ ਇਹ ਵਾਲੇ ਫਰੈਂਚ ਫਰਾਈਜ਼ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੇ ਹਨ ਬੱਚਿਆਂ ਨੂੰ ਫਰੈਂਚ ਫਰਾਈਜ਼ ਬਹੁਤ ਜ਼ਿਆਦਾ ਪਸੰਦ ਹੁੰਦੇ ਹਨ ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਅਤੇ ਆਓ ਫਰੈਂਚ ਫਰਾਈਜ਼ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਮੈਂ 4-5 ਆਲੂ ਲਏ ਹਨ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਪਹਿਲਾਂ ਵਾਸ਼ ਕਰ ਲਿਆ ਹੈ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਲਵਾਂਗੇ ਜਿਹੜੇ ਫਰੈਂਚ ਫਰਾਈਜ਼ ਆਪਾਂ ਬਾਜ਼ਾਰ ਤੋਂ ਲੈ ਕੇ ਖਾਂਦੇ ਹਾਂ ਸੇਮ ਉਸੇ ਤਰ੍ਹਾਂ ਦਾ ਹੀ ਫਰੈਂਚ ਫਰਾਈਜ਼ ਘਰ ਵਿੱਚ ਬਣ ਜਾਂਦੇ ਹਨ ਬਹੁਤ ਜ਼ਿਆਦਾ ਆਸਾਨ ਰੈਸਪੀ ਹੈ ਅਤੇ ਆਲੂ ਮੈਂ ਛਿਲਕੇ ਰੱਖ ਲਏ ਹਨ ਅਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਵਾਸ਼ ਕਰ ਲਿਆ ਹੈ ਅਤੇ ਹੁਣ ਆਪਾਂ ਇਹਨਾਂ ਦੇ ਫਰੈਂਚ ਫਰਾਈਜ਼ ਵਾਂਗੂ ਪੀਸ ਕੱਟਾਂਗੇ ਆਲੂ ਨੂੰ ਆਪਾਂ ਵਿੱਚੋਂ ਦੀ ਦੋ ਵਾਰ ਕੱਟ ਲਗਾਵਾਂਗੇ ਇਸ ਤਰੀਕੇ ਨਾਲ ਇਹਨੂੰ ਕਟਿੰਗ ਕਰ ਦੇਵਾਂਗੇ ਹੁਣ ਆਪਾਂ ਇਹਨਾਂ ਦੇ ਲੰਬੇ ਲੰਬੇ ਇਸ ਤਰ੍ਹਾਂ ਪੀਸ ਕੱਟ ਲਵਾਂਗੇ ਬਿਲਕੁਲ ਫਰੈਂਚ ਫਰਾਈਜ਼ ਇਸੇ ਤਰ੍ਹਾਂ ਹੀ ਕੱਟੇ ਜਾਂਦੇ ਹਨ ਅਤੇ ਆਲੂਆਂ ਦੇ ਪੀਸ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਕੱਟ ਲਵਾਂਗੇ ਸੇਮ ਜਿਸ ਤਰ੍ਹਾਂ ਫਰੈਂਚ ਫਰਾਈਜ਼ ਆਪਾਂ ਬਾਜ਼ਾਰ ਤੋਂ ਲੈਂਦੇ ਉਹ ਵੀ ਇਸੇ ਤਰ੍ਹਾਂ ਦੇ ਹੀ ਹੁੰਦੇ ਹਨ ਹੁਣ ਆਪਾਂ ਸਾਰੇ ਆਲੂ ਜਿਹੜੇ ਕੱਟ ਲਏ ਹਨ ਤੁਸੀਂ ਦੇਖ ਸਕਦੇ ਹੋ ਅਤੇ ਗੈਸ ਉੱਪਰ ਮੈਂ ਖੁੱਲ੍ਹੇ ਪੈਨ ਵਿੱਚ ਪਾਣੀ ਪਾਇਆ ਹੈ ਪਾਣੀ ਹੁਣ ਬੋਇਲ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਇਹਦੇ ਵਿੱਚ ਆਪਾਂ ਅੱਧਾ ਚਮਚ ਨਮਕ ਪਾਵਾਂਗੇ ਅਤੇ ਨਮਕ ਪਾ ਕੇ ਆਪਾਂ ਜਿਹੜੇ ਆਲੂ ਕੱਟ ਕੇ ਰੱਖੇ ਸੀਗੇ ਉਹ ਆਪਾਂ ਇਸ ਉਬਲਦੇ ਹੋਏ ਪਾਣੀ ਵਿੱਚ ਪਾਵਾਂਗੇ ਜਦੋਂ ਆਲੂਆਂ ਨੂੰ ਬੋਇਲ ਕਰਨਾ ਹੈ ਪਾਣੀ ਪਹਿਲਾਂ ਚੰਗੀ ਤਰ੍ਹਾਂ ਨਾਲ ਉਬਲਦਾ ਹੋਇਆ ਹੋਣਾ ਚਾਹੀਦਾ ਹੈ ਹੁਣ ਆਪਾਂ ਇਹਦੇ ਵਿੱਚ ਸਾਰੇ ਆਲੂ ਪਾ ਦਿੱਤੇ ਹਨ ਫਲੇਮ ਨੂੰ ਆਪਾਂ ਹਾਈ ਰੱਖਣਾ ਹੈ ਅਤੇ ਹਾਈ ਫਲੇਮ 'ਤੇ ਆਪਾਂ ਇਹਨੂੰ ਬੋਇਲ ਕਰਾਂਗੇ 2-3 ਮਿੰਟ ਵਾਸਤੇ ਬਹੁਤ ਜ਼ਿਆਦਾ ਵੀ ਆਪਾਂ ਇਹਨਾਂ ਨੂੰ ਸੌਫਟ ਨਹੀਂ ਕਰਨਾ ਆਲੂ ਹੁਣ ਬੋਇਲ ਹੁੰਦਿਆਂ ਨੂੰ 2-3 ਮਿੰਟ ਹੋ ਚੁੱਕੇ ਹਨ ਹਾਈ ਫਲੇਮ 'ਤੇ ਆਪਾਂ ਇਹਨਾਂ ਨੂੰ ਬੋਇਲ ਕੀਤਾ ਹੈ ਹੁਣ ਆਪਾਂ ਇੱਕ ਵਾਰੀ ਚੈੱਕ ਕਰਾਂਗੇ ਆਲੂ ਜਿਹੜੇ ਹਨ ਸਾਡੇ ਹਾਫ ਬੋਇਲ ਹੋ ਗਏ ਹਨ ਇਸ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਸੌਫਟ ਨਹੀਂ ਕਰਾਂਗੇ ਹੁਣ ਆਪਾਂ ਇਹਨੂੰ ਪਾਣੀ ਵਿੱਚੋਂ ਕੱਢ ਕੇ ਟੋਕਰੀ ਵਿੱਚ ਪਾ ਕੇ ਛਾਣ ਲਵਾਂਗੇ ਆਲੂ ਟੋਕਰੀ ਵਿੱਚ ਪਾ ਕੇ ਛਾਣ ਲਏ ਹਨ ਤਾਂ ਹੁਣ ਜਿਹੜਾ ਇਹਨਾਂ ਦਾ ਪਾਣੀ ਬਿਲਕੁਲ ਨਿਚੁੜ ਚੁੱਕਾ ਹੈ ਇਹਨਾਂ ਨੂੰ ਆਪਾਂ ਖੁੱਲ੍ਹੀ ਥਾਲੀ ਵਿੱਚ ਪਾ ਦਿੱਤਾ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਥੋੜ੍ਹੀ ਦੇਰ ਠੰਡੇ ਹੋਣ ਵਾਸਤੇ ਰੱਖ ਦੇਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਥੋੜ੍ਹਾ ਜਿਹਾ ਕਾਲੀ ਮਿਰਚ ਦਾ ਆਪਾਂ ਇੱਥੇ ਪਾਊਡਰ ਸਪ੍ਰਿੰਕਲ ਕਰਾਂਗੇ ਹੁਣ ਇੱਥੇ ਮੈਂ ਲਿਆ ਹੈ ਕੋਰਨਫਲਾਰ ਇਹ ਆਪਾਂ 2-3 ਚਮਚ ਜਿਹੜੇ ਕੋਰਨਫਲਾਰ ਦੇ ਇਹਨਾਂ ਦੇ ਉੱਪਰ ਪਾਵਾਂਗੇ ਇਹਦੇ ਨਾਲ ਜਿਹੜੇ ਆਲੂ ਸਾਡੇ ਬਹੁਤ ਹੀ ਕ੍ਰਿਸਪੀ ਬਣ ਜਾਂਦੇ ਹਨ ਬਿਲਕੁਲ ਬਾਜ਼ਾਰ ਵਰਗੇ ਆਲੂ ਇਹਨਾਂ ਨਾਲ ਤਿਆਰ ਹੁੰਦੇ ਹਨ ਤੁਸੀਂ ਕੋਰਨਫਲਾਰ ਦੀ ਜਗ੍ਹਾ 'ਤੇ ਅਰਾਰੋਟ ਦਾ ਯੂਜ਼ ਵੀ ਕਰ ਸਕਦੇ ਹੋ ਅਤੇ ਕੋਰਨਫਲਾਰ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤਾਂ ਕਿ ਕੋਰਨਫਲਾਰ ਦੀ ਜਿਹੜੀ ਕੋਟਿੰਗ ਹੈ ਉਹ ਚੰਗੀ ਤਰ੍ਹਾਂ ਆਲੂਆਂ ਨੂੰ ਹਰ ਪਾਸੇ ਤੋਂ ਹੋ ਜਾਵੇ ਹਲਕਾ ਜਿਹਾ ਆਪਾਂ ਇਹਦੇ ਉੱਪਰ ਕੋਰਨਫਲਾਰ ਹੋਰ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਆਲੂਆਂ ਨੂੰ ਹੁਣ ਬਹੁਤ ਵਧੀਆ ਕੋਟਿੰਗ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਆਲੂ ਹੁਣ ਸਾਡੇ ਬਿਲਕੁਲ ਡਰਾਈ ਹਨ ਤਾਂ ਹੁਣ ਆਪਾਂ ਦੂਜੇ ਪਾਸੇ ਗੈਸ ਉੱਪਰ ਕੜਾਈ ਵਿੱਚ ਤੇਲ ਰੱਖਿਆ ਹੈ ਤੇਲ ਹੁਣ ਚੰਗੀ ਤਰ੍ਹਾਂ ਨਾਲ ਗਰਮ ਹੋ ਗਿਆ ਹੈ ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਕੋਰਨਫਲੋਰ ਲਾਇਆ ਸੀ ਆਲੂ ਉਹ ਪਾਵਾਂਗੇ ਅਤੇ ਫਲੇਮ ਨੂੰ ਆਪਾਂ ਹਾਈ ਰੱਖਾਂਗੇ ਕਿਉਂਕਿ ਆਲੂ ਸਾਡੇ ਹਨ ਪਹਿਲਾਂ ਹੀ ਥੋੜ੍ਹੇ ਸੌਫਟ ਹੋ ਚੁੱਕੇ ਹਨ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਪੱਕਣ ਵਾਸਤੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰ ਹਿਲਾਵਾਂਗੇ ਅਤੇ ਆਪਾਂ ਆਲੂਆਂ ਨੇ ਜਿਹੜਾ ਹੈ ਬਹੁਤ ਜ਼ਿਆਦਾ ਗੋਲਡਨ ਨਹੀਂ ਕਰਨਾ ਆਪਾਂ ਇਹਨਾਂ ਨੂੰ ਹਲਕੇ ਜਿਹੇ ਜਿਹੜਾ ਹੈ ਕਲਰ ਚੇਂਜ ਹੋਣ ਤੱਕ ਇਹਨਾਂ ਨੂੰ ਆਪਾਂ ਫਰਾਈ ਕਰਨਾ ਹੈ ਜਿਹੜੇ ਫਰੈਂਚ ਫਰਾਈਜ਼ ਹੁੰਦੇ ਹਨ ਬਹੁਤ ਜ਼ਿਆਦਾ ਗੋਲਡਨ ਨਹੀਂ ਹੁੰਦੇ ਬਸ ਹਲਕੇ ਜਿਹੇ ਜਿਹੜੇ ਆਪਾਂ ਨੂੰ ਇਸੇ ਤਰ੍ਹਾਂ ਦੇ ਹੀ ਚਾਹੀਦੇ ਹਨ ਹੁਣ ਤੁਸੀਂ ਦੇਖ ਸਕਦੇ ਹੋ ਤੇਲ ਦੀ ਝੱਗ ਵੀ ਖਤਮ ਹੋ ਗਈ ਹੈ ਇਹਦਾ ਮਤਲਬ ਸਾਡੇ ਫਰੈਂਚ ਫਰਾਈਜ਼ ਬਣ ਕੇ ਬਿਲਕੁਲ ਤਿਆਰ ਹਨ ਤਾਂ ਹੁਣ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਬਾਹਰ ਕੱਢ ਦੇਵਾਂਗੇ ਸੇਮ ਆਪਾਂ ਨੂੰ ਇਸੇ ਤਰ੍ਹਾਂ ਦੇ ਹੀ ਚਾਹੀਦੇ ਹਨ ਹੁਣ ਇੱਕ ਪਲੇਟ ਵਿੱਚ ਆਪਾਂ ਟਿਸ਼ੂ ਪੇਪਰ ਵਿਛਾਇਆ ਹੈ ਇਹਦੇ ਉੱਪਰ ਆਪਾਂ ਇਹ ਸਾਰੇ ਫਰੈਂਚ ਫਰਾਈਜ਼ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਫਰੈਂਚ ਫਰਾਈਜ਼ ਬਿਲਕੁਲ ਬਾਜ਼ਾਰ ਵਰਗੇ ਬਣੇ ਹਨ ਸੇਮ ਬਾਜ਼ਾਰ ਵਿੱਚ ਆਪਾਂ ਨੂੰ ਇਸੇ ਤਰ੍ਹਾਂ ਦਾ ਹੀ ਫਰੈਂਚ ਫਰਾਈਜ਼ ਮਿਲਦੇ ਹਨ ਜਦੋਂ ਆਪਾਂ ਕਿਸੇ ਰੈਸਟੋਰੈਂਟ ਵਗੈਰਾ ਵਿੱਚ ਜਾਂਦੇ ਹਾਂ ਬਰਗਰ ਵਗੈਰਾ ਲੈਂਦੇ ਹਾਂ ਤਾਂ ਉਹਨਾਂ ਨਾਲ ਆਪਾਂ ਨੂੰ ਇਸੇ ਤਰ੍ਹਾਂ ਦੇ ਫਰੈਂਚ ਫਰਾਈਜ਼ ਖਾਣ ਨੂੰ ਮਿਲਦੇ ਹਨ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਹਨ ਆਪਾਂ ਅੱਜ ਇਹਨਾਂ ਨੂੰ ਘਰ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੈ
ਫ੍ਰੈਂਚ ਫਰਾਈਜ਼ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਏ ਹਨ, ਬਿਲਕੁਲ ਬਾਜ਼ਾਰ ਵਰਗੇ ਬਣੇ ਹਨ। ਇਹਨਾਂ ਨੂੰ ਆਪਾਂ ਸਰਵ ਕਰਾਂਗੇ ਟਮੈਟੋ ਕੈਚਅਪ ਦੇ ਨਾਲ। ਟਮੈਟੋ ਕੈਚਅਪ ਨਾਲ ਫ੍ਰੈਂਚ ਫਰਾਈਜ਼ ਬਹੁਤ ਜ਼ਿਆਦਾ ਟੇਸਟੀ ਲੱਗਦੇ ਹਨ। ਤੁਹਾਨੂੰ ਮੇਰੇ ਫ੍ਰੈਂਚ ਫਰਾਈਜ਼ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ, ਅਤੇ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰਨਾ। ਤਾਂ ਫਿਰ ਮਿਲਦੇ ਹਾਂ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।